ਹਰ ਜਗ੍ਹਾ ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਹਾਂ ਜੀ, ਟ੍ਰਿਬਿਊਟ ਟੂ ਸਿੱਧੂ ਮੂਸੇਵਾਲੇ ਨੂੰ। 29 ਮਈ ਹੈ ਅੱਜ, 2 ਸਾਲ ਹੋ ਗਏ ਸਿੱਧੂ ਮੂਸੇਵਾਲੇ ਨੂੰ ਸਾਡੇ ਚੋਂ ਗਏ ਨੂੰ। ਅਤੇ ਹਰਸ਼ ਲਖਾਰੀ ਬਾਈ ਦਾ ਸੌਂਗ ਹੈ ਨੈਵਰ ਫਲੱਡ ਨੈਵਰ ਬੈਕ ਡਾਊਨ। ਆਓ ਚੈੱਕ ਕਰਦੇ ਹਾਂ ਕਿਵੇਂ ਦਾ ਸੌਂਗ ਹੋਣਾ ਕਰਦਾ ਹੈ, ਬਾਈ ਨੇ ਟ੍ਰਿਬਿਊਟ ਕੀਤਾ ਹੈ। ਆਓ ਦੇਖਣਾ ਕਰੀਏ ਅਤੇ ਨਾਲ ਗੱਲਬਾਤ ਕਰਦੇ ਹਾਂ। ਮਿੱਤਰੋ, ਲਾਈਫ ਇਜ਼ ਆਲ ਅਬਾਊਟ ਹੈਪੀਨੈਸ ਐਂਡ ਪੋਜ਼ਿਟਿਵਿਟੀ। ਅੱਜ ਅਸੀਂ ਆਏ ਹਾਂ, ਸਾਰੇ ਠੀਕ ਹੈ, ਚਲੋ ਸਾਰੇ ਅਸੀਂ ਇਹੀ ਚਾਹੁੰਦੇ ਹੁੰਦੇ ਆਲਵੇਜ਼ ਵੀ ਸਾਰੇ ਜਾਣੇ ਪੋਜ਼ਿਟਿਵ ਰਹਿਣ, ਸਾਰੇ ਚੰਗੀਆਂ ਗੱਲਾਂ ਕਰਨ, ਖੁਸ਼ ਰਹਿਣ, ਹੱਸਣ। ਪਰ ਸਮ ਟਾਈਮਸ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਸਭ ਘੁਮਾਈ, ਬੋਲ ਬੋਲ ਸੱਚ ਜਿਹੜਾ ਕਰ ਗਿਆ ਚੜਾਈ, ਦਾਰੂ ਨਸ਼ੇ ਉੱਤੇ ਜਿਹਨੇ ਗੀਤ ਨਾ ਸੀ ਗਾਇਆ, ਮਾਂ ਦਾ ਸੀ ਪੁੱਤ ਤੇ ਪੰਜਾਬ ਦਾ ਸੀ ਜਾਇਆ। ਦੁੱਖ ਨਾ ਮਿਲਦਾ ਹਣ ਦਾ ਕੋਈ, ਪਤਾ ਨੀ ਸਭ ਨੂੰ ਕਾਤਿਲ ਕਿਹੜਾ, ਪਰ ਮਿਲਿਆ ਇਨਸਾਫ਼ ਨਾ ਕੋਈ। ਉਹਦੇ ਜਾਣ ਬਾਅਦ ਰੋਟੀ ਕਈਆਂ ਦੀਆਂ ਚੱਲ ਪਈ, ਆਪਸ ਚ ਬਹਿਸ ਵਰੇ ਮਿਲਦਾ ਨਾ ਹਲ ਕੋਈ, ਫੇਮ ਲੈ ਕੇ ਜਿਨ੍ਹਾਂ ਨੇ ਨਾ ਮੰਗੇ ਇਨਸਾਫ਼, ਰੱਬ ਵੀ ਨੀ ਕਰੂ ਇਹਨਾਂ ਨੂੰ ਕਦੇ ਮਾਫ਼। ਐਸਾ ਗੱਡੀ ਕੋਠੀ ਸਭ ਉਹਦੇ ਲਈ ਬੇਕਾਰ, ਜਿੱਤੇ ਸਭ ਦਾ ਉਹ ਦਿਲ ਨਾ ਕੋਈ ਹੰਕਾਰ, ਗੱਡੀਆਂ ਤੇ ਕੋਠੀਆਂ ਤੇ ਹਰ ਜਗ੍ਹਾ ਨਾ, ਦਿਮਾਗਾਂ ਉੱਤੇ ਦਿਲਾਂ ਉੱਤੇ ਹਰ ਜਗ੍ਹਾ ਨਾ, ਕਿਤਾਬਾਂ ਉੱਤੇ ਪੰਨਿਆਂ ਤੇ ਹਰ ਜਗ੍ਹਾ ਨਾ, ਜ਼ੁਬਾਨ ਉੱਤੇ ਕਲਮ ਉੱਤੇ ਹਰ ਜਗ੍ਹਾ ਨਾ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ। ਗੱਲ ਕਰਦਾ ਮੈਂ ਉਹਦੀ ਜੀ ਦੀ ਸੋਚ ਬੜੀ ਡੀਪ, ਉਵੇਂ ਕਹਿਣ ਸਿੱਧੂ ਸਿੱਧੂ ਪਰ ਨਾਮ ਸ਼ੁਭਦੀਪ, ਜਿਹੜਾ ਆਪ ਮੁੱਕ ਗਿਆ ਜੀ ਦੀ ਕਲਮ ਨੀ ਮੁੱਕੀ, ਜੀ ਦੀ ਪੈਸੇ ਤੇ ਲਾਲਚ ਚ ਕਲਮ ਨੀ ਚੁੱਕੀ, ਗਾਣੇ ਸ਼ੁਰੂ ਸੀ ਬਲੈਕ ਐਂਡ ਕਰ ਗਿਆ ਵਾਈਟ, ਲਿਖ ਲਿਖ ਗਾਣੇ ਸੋਚ ਕਰ ਗਿਆ ਬ੍ਰਾਈਟ, ਜਿਹਨੇ ਪੈਸਾ ਨਾ ਦਿਖਾਇਆ ਜੀ ਦੀ ਸੋਚ ਸੀ ਅਮੀਰ, ਦਿਲ ਦਾ ਸੀ ਖੁੱਲਾ ਜੀ ਦੀ ਵਿਕੀ ਨਾ ਜ਼ਮੀਰ, ਇੱਕ ਤਾਣੀ ਰੱਖਦਾ ਸੀ ਜਿੱਥੇ ਕਰਦਾ ਸਟੈਂਡ, ਕਿਸੇ ਚੀਜ਼ ਦਾ ਨਾ ਸ਼ੌਂਕ ਉਹ ਤਾਂ ਆਪ ਸੀ ਬ੍ਰੈਂਡ, ਪੈਸਾ ਗੱਡੀ ਕੋਠੀ ਸਭ ਉਹਦੇ ਲਈ ਬੇਕਾਰ, ਜਿੱਤੇ ਸਭ ਦਾ ਉਹ ਦਿਲ ਨਾ ਕੋਈ ਹੰਕਾਰ, ਗੱਡੀਆਂ ਤੇ ਕੋਠੀਆਂ ਤੇ ਹਰ ਜਗ੍ਹਾ ਨਾ, ਦਿਮਾਗਾਂ ਉੱਤੇ ਦਿਲਾਂ ਉੱਤੇ ਹਰ ਜਗ੍ਹਾ ਨਾ, ਕਿਤਾਬਾਂ ਉੱਤੇ ਪੰਨਿਆਂ ਤੇ ਹਰ ਜਗ੍ਹਾ ਨਾ, ਜ਼ੁਬਾਨ ਉੱਤੇ ਕਲਮ ਉੱਤੇ ਹਰ ਜਗ੍ਹਾ ਨਾ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ, ਲੱਗਦਾ ਆ ਦੁੱਖ ਜਦੋਂ ਰੋਂਦੀ ਉਹਦੀ ਮਾਂ। ਕਿਤਾਬਾਂ ਤੇ ਪੰਨਿਆਂ ਤੇ ਹਰ ਜਗ੍ਹਾ ਨਾ ਉਹਦਾ, ਲੱਗਦਾ ਏ ਦੁੱਖ ਜਦੋਂ ਰੋਂਦੀ ਉਹਦੀ ਮਾਂ। ਬਾਈ ਨੇ ਵਿੱਚ ਪਹਿਲੇ ਨੰਬਰ 'ਤੇ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਉਹ ਗੱਲਬਾਤ ਲਗਾਈ ਸੀ ਉਹਦੀ, ਜਿਹਦੇ ਵਿੱਚ ਸਿੱਧੂ ਮੂਸੇਵਾਲਾ ਬੋਲ ਰਿਹਾ ਹੈ ਕਿ ਬਾਈ ਖੁਸ਼ ਰਿਹਾ ਕਰੋ ਸਾਰੇ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਕੋਈ ਨੈਗੇਟਿਵਿਟੀ ਫੈਲਾਵੇ ਨਾ, ਇੱਕ ਦੂਜੇ ਨਾਲ ਅਸੀਂ ਹੱਸਦੇ ਖੇਡਦੇ ਰਹੀਏ, ਖੁਸ਼ ਰਹੀਏ। ਪਰ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਨੈਗੇਟਿਵਿਟੀ ਨੈਗੇਟਿਵਿਟੀ ਫੈਲਾ ਫੈਲਾ ਕੇ ਇੱਕ ਦੂਜੇ ਨੂੰ
ਭਾਵ ਕਿ ਕਿਸੇ ਦੀ ਚੜ੍ਹਾਈ ਨੂੰ ਜਰਦੇ ਨੂੰ ਦੇਖੇ ਰਿਹਾ ਨਹੀਂ ਜਾਂਦਾ ਉਹਨਾਂ ਕੋਲੋਂ। ਸਗੋਂ ਨਾ ਇਹ ਚਾਹੀਦਾ ਹੁੰਦਾ ਕਿ ਕਿਸੇ ਦਾ ਕੋਈ ਪੁੱਤ ਕਹਿ ਲਈਏ ਤਰੱਕੀ ਕਰਦਾ ਹੈ ਅਤੇ ਚਾਹੀਦਾ ਤਾਂ ਇਹ ਹੈ ਕਿ ਅਸੀਂ ਉਹਨੂੰ ਹੌਂਸਲਾ ਦਈਏ ਅਤੇ ਇਹ ਸੋਚ ਕੇ ਰੱਖੀਏ ਕਿ ਸਾਡੀ ਪੰਜਾਬੀ ਦਾ ਸਾਡੀ ਇੰਡਸਟਰੀ ਦਾ ਮਾਣ ਵੱਧ ਰਿਹਾ ਹੈ। ਅਤੇ ਸੱਚ ਜਾਣੀ ਇੱਕੋ ਇੱਕ ਸਿੰਗਰ ਹੈ ਸਿੱਧੂ ਮੂਸੇਵਾਲਾ ਜਿਹਨੇ ਪੰਜਾਬੀ ਇੰਡਸਟਰੀ ਦਾ ਮਾਣ ਕਹਿ ਲਈਏ ਐਡੇ ਉੱਚੇ ਪੱਧਰ 'ਤੇ ਲੈ ਕੇ ਗਿਆ ਉਹ ਬੰਦਾ। ਹੁਣ ਦੂਜੇ ਨੰਬਰ 'ਤੇ ਹੁਣ ਦਲਜੀਤ ਦੋਸਾਂਝ ਬਾਈ ਜਿਸ ਤਰ੍ਹਾਂ ਅੱਗੇ ਆ ਰਿਹਾ ਹੈ ਜਾਂ ਸ਼ੁਭ ਬਾਈ ਆ ਰਿਹਾ ਹੈ, ਪਰ ਲੋਕ ਉਹਦੀਆਂ ਵੀ ਤਰੱਕੀਆਂ ਨਹੀਂ ਜਰੀਆਂ ਜਾਂਦੀਆਂ, ਆਪਣੇ ਹੀ ਕਈ ਲੱਤਾਂ ਖਿੱਚਣ ਵਾਲੇ ਉਹਨਾਂ 'ਚ ਵੀ ਆ ਰਹੇ ਨੇ। ਅਤੇ ਸੱਚੀ ਬਾਈ ਨੇ ਵਿੱਚ ਜਿਹਦੇ ਵਿੱਚ ਸਾਫ਼ ਗੱਲ ਕੀਤੀ ਹੈ ਕਿ ਦੁੱਖ ਲੱਗਦਾ ਹੈ ਜਦੋਂ ਕਹਿ ਲਈਏ ਉਹਨਾਂ ਨੇ ਇਨਸਾਫ਼ ਦੀ ਮੰਗ ਰੱਖੀ, ਹਰ ਚੀਜ਼ ਦੀ ਮੰਗ ਰੱਖੀ, ਜਦੋਂ ਉਹਨਾਂ ਨੂੰ ਇਨਸਾਫ਼ ਦੀ ਘੜੀ ਦਾ ਇਨਸਾਫ਼ ਨਹੀਂ ਮਿਲਦਾ, ਇਹ ਚੀਜ਼ ਦਾ ਦੁੱਖ ਲੱਗਦਾ ਹੈ ਬਾਈ। ਅੱਜ ਉਹ 29 ਮਈ ਹੈ ਜਦੋਂ ਦੇਖੋ ਸਾਨੂੰ ਆਪਣੇ ਆਪ ਹਰ ਕਿਸੇ ਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਅਤੇ ਜਿਨ੍ਹਾਂ ਦਾ ਉਹ ਜਾਇਆ ਸੀ, ਜਿਨ੍ਹਾਂ ਦਾ ਉਹ ਜਿਹੜੇ ਪੁੱਤ ਸੀ ਉਹਨਾਂ ਨੂੰ 29 ਮਈ ਵਾਲੇ ਦਿਨ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ਾਂ ਪੈਂਦੀਆਂ ਹੋਣਗੀਆਂ, ਜਦੋਂ ਅੱਜ ਦਾ ਦਿਨ ਸੋਚਦੇ ਹੋਣਗੇ, ਅੱਜ ਉਹ ਮਾਂ ਸੋਚਦੀ ਹੋਊਗੀ ਕਿ ਮੈਂ ਆਪਣੇ 2 ਸਾਲਾਂ ਪਹਿਲਾਂ ਆਪਣੇ ਪੁੱਤ ਨੂੰ ਛੱਡ ਕੇ ਘਰੇ ਅਤੇ ਮੈਂ ਕਿਸੇ ਦੇ ਭੋਗ 'ਤੇ ਗਈ ਸੀ ਅਤੇ ਮੈਨੂੰ ਕੀ ਪਤਾ ਸੀ ਕਿ ਆਉਂਦਿਆਂ ਨੂੰ ਮੇਰੇ ਪੁੱਤ ਦੀ ਲਾਸ਼ ਮੇਰੇ ਘਰ ਦੇ ਵਿੱਚ ਪਈ ਹੋਊਗੀ। ਸੌਖੀਆਂ ਗੱਲਾਂ ਨਹੀਂ ਹੈ ਬਾਈ, ਕਿੱਡਾ ਜਿਗਰਾ ਹੋਵੇਗਾ। ਫਿਰ ਉਹਨਾਂ ਨੇ ਆਪਣੇ ਆਪ ਨੂੰ ਪੈਰਾਂ ਸਿਰ ਸਟੈਂਡ ਕਰਕੇ ਅੱਜ ਖੜ੍ਹੇ ਹੋ ਕੇ ਅੱਜ ਦਿਖਾਇਆ, ਪਰ ਫਿਰ ਵੀ ਉਹ ਇਨਸਾਫ਼ ਦੀ ਮੰਗ ਰੱਖਦੇ ਨੇ ਯਾਰ। ਫਿਰ ਵੀ ਉਹਨਾਂ ਨੂੰ ਹਜੇ ਤੱਕ ਉਹ ਇਨਸਾਫ਼ ਆਪਣੇ ਪੁੱਤ ਵਾਸਤੇ ਮੰਗਦੇ ਨੇ। ਉਹ ਇਹ ਨਹੀਂ ਕਹਿੰਦੇ, ਦੇਖੋ ਹੁਣ ਗਿਆ ਹੋਇਆ ਪੁੱਤ ਤਾਂ ਵਾਪਸ ਆਉਣਾ ਨਹੀਂ, ਪਰ ਪੁੱਤ ਦਾ ਇਨਸਾਫ਼ ਮਿਲ ਜੇ ਇਹਦੇ ਨਾਲੋਂ ਵੱਡੀ ਗੱਲ ਕੀ ਹੋ ਸਕਦੀ ਹੈ ਮਾਪਿਆਂ ਵਾਸਤੇ। ਪਰ ਮਾਪਿਆਂ ਵਾਸਤੇ ਅਤੇ ਉਹਨਾਂ ਫੈਨਸ ਵਾਸਤੇ ਸਿੱਧੂ ਹਮੇਸ਼ਾ ਹੀ ਜਿਉਂਦਾ ਹੈ ਯਾਰ, ਸਾਡੇ ਦਿਲਾਂ ਦੇ ਵਿੱਚ ਵੱਸਦਾ ਅਤੇ ਹਮੇਸ਼ਾ ਹੀ ਵੱਸਦਾ ਰਹੇਗਾ। ਉਹਦਾ ਇੱਕ ਗਾਣੇ ਗਾਣੇ ਦੀ ਇਕੱਲੀ ਇਕੱਲੇ ਦੀ ਉਡੀਕ ਹੁੰਦੀ ਹੈ ਕਿ ਕਦੋਂ ਉਹਦਾ ਗਾਣਾ ਆਵੇ ਅਤੇ ਕਦੋਂ ਉਹਦੇ ਕੰਨਾਂ ਦੇ ਵਿੱਚ ਸਾਡੀ ਆਵਾਜ਼ ਨਵੀਂ ਬੋਲ ਪੈਣ ਆਉਂਦੇ ਯਾਰ। ਜਿਉਂਦੇ ਜੀ ਵੀ ਉਹਦੀ ਕੋਈ ਰੀਸ ਨਹੀਂ ਕਰ ਸਕਿਆ ਅਤੇ ਮਰਨ ਤੋਂ ਬਾਅਦ ਵੀ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਯਾਰ, ਅਤੇ ਨਾ ਉਹਦੀ ਰੀਸ ਕੋਈ ਕਰ ਸਕਿਆ। ਹੁਣੇ ਟੰਡਰੀਆਂ ਵਾਲਿਆਂ ਜੀ ਦੀ ਵੀਡੀਓ ਸੁਣਦਾ ਸੀ, ਕਹਿੰਦੇ ਕਿਸੇ ਜੁਗਣੂਆਂ ਨੇ ਆ ਨਾ ਸਲਾਹ ਕਰ ਲਈ ਕਿ ਅਸੀਂ ਸੂਰਜ ਦੀ ਇਕੱਠੇ ਹੋ ਕੇ ਨਾ ਅਤੇ ਸੂਰਜ ਦੀ ਜਿਹੜੀ ਰੋਸ਼ਨੀ ਹੈ ਨਾ ਉਹਨੂੰ ਬਦਲ ਦੇਣਾ, ਖਤਮ ਕਰ ਦੇਣਾ ਉਹਦੀ ਰੋਸ਼ਨੀ। ਪਰ ਕਹਿੰਦੇ ਜੁਗਨੂੰ ਸਲਾਹ ਹੀ ਕਰ ਸਕਦੇ ਆ, ਸੂਰਜ ਨੂੰ ਬਦਲ ਨਹੀਂ ਸਕਦੇ। ਇਸੇ ਤਰੀਕੇ ਨਾਲ ਸਿੱਧੂ ਇੱਕ ਸੂਰਜ ਵਰਗਾ ਸੀ, ਜੁਗਨੂੰ ਤਾਂ ਬੜੇ ਇਕੱਠੇ ਹੋਏ ਸੀ, ਉਹਨੂੰ ਘੇਰਾ ਪਾਏ ਬੈਠੇ ਸੀ, ਪਰ ਉਹ ਕਹਿ ਲਈਏ ਦੋਗਲਾ ਨਹੀਂ ਸੀ ਉਹ ਸਿੱਧੂ ਬੰਦਾ, ਉਹ ਰਿਐਲਿਟੀ ਵਾਲਾ ਸੀ, ਸਿੱਧਾ ਮੂੰਹ 'ਤੇ ਗੱਲਾਂ ਕਰਦਾ ਸੀ ਅਤੇ ਆਪਣੇ ਆਪ 'ਚ ਉਹ ਸਰਾ ਬੰਦਾ ਸੀ ਯਾਰ। ਸੋ ਬਹੁਤ ਵਧੀਆ ਅਰਸ਼ ਲਖਾਰੀ ਬਾਈ ਦਾ ਸੌਂਗ ਦੇ ਜਿਹਦੇ ਵਿੱਚ ਸਾਰਿਆਂ ਨੇ ਇਹੀ ਗੱਲ ਕੀਤੀ ਕਿ ਹਰ ਬੱਚੇ ਬੱਜੇ ਦੇ ਮੂੰਹ 'ਤੇ, ਕਿਤਾਬਾਂ 'ਤੇ, ਹਰ ਚੀਜ਼ 'ਤੇ ਉਹਦਾ ਨਾਂ ਹੈ। ਮੈਂ ਕਹਿੰਦਾ ਕਿ ਕੋਈ ਵੀ ਸਾਲ ਦੇ ਵਿੱਚੋਂ ਇੱਕ ਦਿਨ ਉਹ ਨਹੀਂ ਹੋਣਾ ਜਿਸ ਦਿਨ ਸਿੱਧੂ ਮੂਸੇਵਾਲੇ ਦੇ ਕੰਨਾਂ ਦੇ ਵਿੱਚ ਆਵਾਜ਼ ਨਾ ਪੈਂਦੀ ਹੋਵੇਗੀ ਯਾਰ। ਭਾਵ ਕਿ ਜਿਹੜਾ ਸੋਸ਼ਲ ਮੀਡੀਆ 'ਤੇ ਖਾਸ ਕਰਕੇ ਰਹਿੰਦਾ ਹੋਊਗਾ ਜਾਂ ਆਪਣੇ ਘਰਾਂ ਦੇ ਵਿੱਚ ਵੀ ਟੈਲੀਵਿਜ਼ਨਾਂ 'ਤੇ ਜਾਂ ਕਿਤਿਓਂ ਨਾ ਕਿਤੇ ਉਹ ਬਾਹਰ ਗਏ ਨੂੰ ਜਾਂ ਕਿਤੇ ਨੂੰ ਉਹਦੀ ਫੋਟੋ ਜਾਂ ਕੁਝ ਵੀ ਸਾਹਮਣੇ ਉਹਦਾ ਜ਼ਰੂਰ ਆਉਂਦਾ ਹੈ। ਇਹ ਕਮਾਈ ਸੀ ਉਹਦੀ ਯਾਰ। ਉਹ ਵੀ ਬੰਦੇ ਰੋਏ ਨੇ ਜਿਨ੍ਹਾਂ ਦਾ ਕੁਛ ਉਹ ਕਹਿ ਲਈਏ ਕਿ ਜਿਨ੍ਹਾਂ ਨੂੰ ਲੈਂਗੁਏਜ ਵੀ ਨਹੀਂ ਉਹਨਾਂ ਦੀ ਸਮਝ ਲੱਗਦੀ ਸੀ ਕਿ ਸਿੱਧੂ ਬੋਲਦਾ ਕੀ ਹੈ, ਪਰ ਉਹਦੀ ਵਾਈਬ, ਉਹਦਾ ਕਹਿ ਲਈਏ ਪਿਆਰ, ਉਹਦੀ ਦਿਲ ਦੇ ਬਣਾਉਣ ਵਾਲੀ ਖਿੱਚ ਜਿਹੜੀ ਹੈ ਨਾ, ਉਹਨਾਂ ਬੰਦਿਆਂ ਦੀਆਂ ਵੀ ਭੁੱਬਾਂ ਕਢਵਾ ਕੇ ਰੱਖ ਦਿੱਤੀਆਂ, ਉਹਨਾਂ ਗੋਰਿਆਂ ਕਾਲਿਆਂ ਦੀਆਂ ਵੀ। ਸੋ ਦੱਸਣਾ ਕਿਵੇਂ ਦਾ ਬਾਈ ਦਾ ਟ੍ਰਿਬਿਊਟ ਸੌਂਗ ਲੇਗਾ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਬਾਈ।